अस्सलाम जी शमशाद गनी क्लास करो यूके <laughs> लाइफ टाइम दी स्टोरी समझ लो जी एम में देसी पर चढ़ देते मां पियो नेसी खर्चे कीते एम में देसी पर चढ़ देते मां पियो नेसी खर्चे कीते ਮਾਂ ਪਿਓ ਨੇ ਸੀ ਖਰਚ ਕੀਤੇ ਚੰਗੇ ਡਾਡੇ ਖਰਚ ਕੀਤੇ ਫਿਰ ਮੈਂ ਕਰਨ ਕਾ ਬੈਠੀਆਂ 88 ਚ ਯੂਕੇ ਆਈ ਬੰਦੇ ਨੇ ਸੀ ਹੱਟੀ ਪਾਈ ਪਹਿਲੇ ਦਿਨ ਹੀ ਗੱਲ ਸੁਣਾਈ ਅੱਗੇ ਪੜਨ ਤੇ ਪਬੰਦੀ ਲਾਈ ਬੜਨ ਸੀ ਮੈਂ ਪ੍ਰੋਫੈਸਰ ਜੀ ਕਾਲਜ ਦੀ ਮੈਂ ਪ੍ਰੋਫੈਸਰ ਜੀ ਸ਼ੋਪੰਗਲ ਵਿੱਚ ਪਾ ਬੈਠੀ ਆਏ ਕੀ ਕੀ ਤੇ ਮੇਰੇ ਰੱਬਾ ਕਿਉਂ के आ बैठिया एक की तई तो मेरे मालिका क्यों मैं यू के आ बैठिया क्यों मैं यू के आ बैठिया छी हट्टी ते पाले टैक्सी टैक्सी मुक्की ते पाले हट्टी ਹੋਰ ਮੈਨੂੰ ਕੋਈ ਕਮਨਾਵੇ ਹੋ ਗਈ ਬੈਠ ਕੇ ਹੱਟੀ ਕੱਟੀ ਢਫਣ ਸੀ ਜੋ ਸੋ ਸਾਲਾਂ ਵਿੱਚ ਖਾਣ ਸੀ ਜੋ ਸੋ ਸਾਲ ਵਿੱਚ ਨੌ ਸਾਲਾਂ ਵਿੱਚ ਖਾ ਬੈਠੀਆਂ ਏ ਕੀ ਕੀ ਤੈ ਮੇਰੇ ਮਾਲਿਕ ਕਿਉ ਮੈਂ یوں ਕੇ ਆ ਬੈਠੀਆਂ ਕਿਸੇ ਦੀ ਅਗ ਮੈਂ ਸੇਕ ਨਹੀਂ ਸਕਦੀ ਰੋਵੇ ਕੋਈ ਵੇਖ ਨਹੀਂ ਸਕਦੀ ਪੈਸੇ ਰੁੜ ਦੇ ਵੇਖ ਕੇ ਯਾਰੋ ਗੋਡੇ ਗਿੱਟੇ ਤੇ ਨਹੀਂ ਸਕਦੀ ਚੱਕਰ ਸੇ ਸੋਖ ਖਾ ਕੇ ਨਰੰਦਲੀ ਵਿੱਚ ਤੋਖ ਖਾ ਕੇ ਉਮਯੂ ਕੇ ਆ ਬੈਠੀਆਂ ਇੱਕ ਸੇਲੀ ਨੇ ਹਾਲ ਸੁਣਾਇਆ ਬੈਨਫਿਟ ਦਾਸੀ ਜਾਲ ਬੁਣਾਇਆ ਕਹਿੰਦੀ ਬੰਦਾ ਨਾਲ ਨਹੀਂ ਮੇਰੇ ਤੋਖੇ ਦਾਸੀ ਚਾਲ ਬਣਾਇਆ ਹੁੰਡੇ ਰਹੀ ਪੈਸੇ ਪੇਜ ਕੇ ਕਿਸ ਦਿਨਾ ਯਾਦਾਂ ਦੇ ਵਿੱਚ ਡੂੰਗੀ ਖੋਈ ਖਬਰ ਰਾਤ ਮੈਂ ਕਦ ਸੀ ਸੋਈ ਉੱਠ ਕੇ ਗੱਲਾਂ ਚੇਤੇ ਕਰਕੇ ਪਹਿਲਾ ਫਿਰ ਸੀ ਖੂਬ ਮੈਂ ਰੋਈ ਫਿਰ ਮਸ਼ਾਦ ਜੀ ਲਿਖਿਓ ਨੂੰ ਬੜੇ ਹਿੱਦਲ ਨਾਲੇ ਲਿਖਿਓ ਨੂੰ ਲਿਖ ਕੇ ਹੁਣ ਮੈਂ ਗਾ ਬੈਠੀ ਆ ਏ ਕੀ 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 ਤੇ ਮੇਰੇ ਰੱਬਾ ਕਿਉ ਮੈਂ یوں ਕੇ ਆ ਬੈਠੀਆਂ ਕਿਉ ਮੈਂ یوں ਕੇ ਆ ਬੈਠੀਆਂ ਕਿਉ ਮੈਂ یوں ਕੇ ਆ ਬੈਠੀਆਂ ਜੇ ਪਸੰਦ ਆਏ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਸ਼ਮਸ਼ਾਹ ਜੀ ਅਲਾ ਹਫਿਜ਼ ਵੈਰੀ ਨਾਈਸ ਏਨ ਮੰਦਨ